ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਇਟਲੀ ਨਿਵਾਸੀ ਔਰ ਯੂਰਪ ਨਿਵਾਸੀ ਸਾਰੇ ਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਟਲੀ ਵਿਖੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਵਿਚੈਂਸਾ ਲੈਨੀਕੋ ਵਿਖੇ ਬਾਹਰ ਖੁੱਲ੍ਹੇ ਪੰਡਾਲ ਦੇ ਵਿੱਚ ਇੱਕ ਜੋ ਕਿ ਆਉਣ ਵਾਲੇ ਨਵੰਬਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਸਾਲਾ ਜਨਮ ਦਿਨ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ, ਉਹਦੇ ਸੰਬੰਧ ਦੇ ਵਿੱਚ 22 ਸਤੰਬਰ ਨੂੰ ਦਿਨੇ ਵਿਸ਼ੇਸ਼ ਨਗਰ ਆਪਣਾ ਵਿਸ਼ੇਸ਼ ਕੀਰਤਨ ਦਰਬਾਰ ਹੋ ਰਿਹਾ ਹੈ, ਜਿਹਦੇ ਵਿੱਚ ਪੰਜਾਬ ਤੋਂ ਖਾਸ ਤੌਰ 'ਤੇ ਬੁਲਾਰੇ ਔਰ ਕੀਰਤਨੀਏ ਗੁਰੂ ਦੇ ਪਿਆਰੇ ਪਹੁੰਚਣਗੇ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਅਸਥਾਨ 'ਤੇ ਜੋ ਆਪ ਜੀ ਨੂੰ ਵਿਚੈਂਸਾ ਵਿਖੇ ਲੈਨੀਕੋ ਜੋ ਅਸਥਾਨ ਹੈ ਇੱਥੇ ਪਹੁੰਚ ਕੇ ਆਪ ਜੀ ਇਸ ਇਕੱਤਰਤਾ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਉਪਦੇਸ਼ ਔਰ ਸੰਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿੱਤੇ ਗਏ ਹਨ ਉਹਨਾਂ ਨੂੰ ਆਪਾਂ ਸਰਵਣ ਕਰੀਏ, ਜੀਵਨ ਵਿੱਚ ਕਮਾਈਏ ਔਰ ਜੀਵਨ ਨੂੰ ਸਫਲ ਕਰੀਏ। ਇਹ ਸਾਰੀ ਸੰਗਤ ਦੇ ਚਰਨਾਂ ਨੂੰ ਬੇਨਤੀ ਹੈ ਕਿ ਆਪ ਜੀ ਇੱਥੇ ਪਹੁੰਚੋ, ਸਾਰੀ ਤਰ੍ਹਾਂ ਦੀ ਸੇਵਾਵਾਂ ਦੇ ਪ੍ਰਬੰਧ ਜਿਹੜੇ ਨੇ ਇੱਥੋਂ ਦੇ ਸੇਵਾਦਾਰ ਸਿੰਘ ਜਿਹੜੇ ਉਹ ਆਪ ਜੀ ਦੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਅਤਾ ਇਹ ਸਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550ਵਾਂ ਸਾਲ ਜਾਣ ਕੇ ਪੂਰੀ ਕੌਮ ਬੜੀ ਸੁਚੇਤ ਹੋ ਰਹੀ ਹੈ। ਹਰ ਸਿੱਖ ਦੇ ਅੰਦਰ ਜਿੱਥੇ ਚਾਹ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਪੂਰੀ ਮਨੁੱਖਤਾ ਤੱਕ ਪਹੁੰਚਾਇਆ ਜਾਵੇ, ਇਸੇ ਉੱਦਮ ਨੂੰ ਲੈ ਕੇ ਸਤਿਕਾਰਯੋਗ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਲੋਨੀਕੋ ਵਿਚੈਂਸਾ ਇਟਲੀ ਵਿਖੇ ਇੱਥੋਂ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ। 22 ਸਤੰਬਰ 2019 ਦਿਨ ਐਤਵਾਰ ਨੂੰ ਸਤਿਗੁਰੂ ਜੀ ਦਾ 550 ਸਾਲਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸੁਸਾਇਟੀ ਸਮੂਹ ਸਾਧ ਸੰਗਤ ਦੀ ਬੜੀ ਤੀਬਰ ਇੱਛਾ ਹੈ ਵੀ ਇਹ ਸਮਾਗਮ ਦੇ ਅੰਦਰ ਇਹੋ ਜਿਹਾ ਅਸੀਂ ਪ੍ਰੋਗਰਾਮ ਉਲੀਕ ਕੇ ਕੌਮ ਨੂੰ ਇੱਕ ਸੁਨੇਹਾ ਦੇਈਏ ਜਿਸ ਦਾ ਸਦਕਾ ਹਰ ਘਰ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਤੇ ਨਾਮ ਦੀ ਆਵਾਜ਼ ਪੈਦਾ ਹੋਵੇ। ਮੇਰੀ ਖੱਤ ਜੋੜ ਕੇ ਬੇਨਤੀ ਹੈ ਇਹੋ ਜਿਹੇ ਸਮੇਂ ਵਾਰ ਵਾਰ ਨਹੀਂ ਆਇਆ ਕਰਦੇ, ਇਹਨਾਂ ਪ੍ਰੋਗਰਾਮਾਂ ਦਾ ਸੁਣਿਆ ਆਪਾਂ ਇੱਕੋ ਲਈਏ, ਇੱਕ ਤੋਂ ਵੱਧ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰੀਏ, ਦੂਸਰਾ ਪ੍ਰਣ ਕਰੀਏ। ਜਿਹੜੇ ਸਿੱਖ ਪਰਿਵਾਰ ਅਜੇ ਤੱਕ ਸਿੱਖ ਨਹੀਂ ਸਮੂਹ ਜਗਤ ਨੂੰ ਵੈਸੇ ਤਾਂ ਸੁਣਿਆ, ਹਰ ਘਰ ਅੰਦਰ ਇੱਕ ਜਪਜੀ ਸਾਹਿਬ ਦਾ ਪਾਠ ਹਰ ਵੀਰ ਭੈਣ ਬੱਚਾ ਜ਼ਰੂਰ ਕਰੇ। ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉਹ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨ, ਜਿਨ੍ਹਾਂ ਤੋਂ ਸਤਿਗੁਰੂ ਕਰਵਾ ਰਹੇ ਨੇ ਸਹਿਜ ਪਾਠ ਹਮੇਸ਼ਾ ਘਰ 'ਚ ਰੱਖਣ, ਕਿਉਂਕਿ ਜਗਤ ਵਿੱਚ ਠੰਡ ਵਰਤਾਣੀ ਗੁਰੂ ਕੀ ਬਾਣੀ ਨੇ, ਨਾਨਕ ਕਹਿ ਕਰਕੇ ਅਲਨਾਮ। ਅਸੀਂ ਚਾਹੁੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਘਰ ਘਰ ਜਦੋਂ ਪਹੁੰਚੇਗੀ ਹਰ ਘਰ ਦੇ ਅੰਦਰੋਂ ਵੀ ਕਲੇਸ਼ ਕੱਟੇਗਾ, ਕੌਮਾਂ 'ਚੋਂ ਕਲੇਸ਼ ਕੱਟੇਗਾ, ਦੇਸ਼ 'ਚੋਂ ਕਲੇਸ਼ ਕੱਟੇਗਾ। ਜਿਹਦੇ ਅੰਦਰ ਗੁਰਬਾਣੀ ਹੋਏਗੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ, ਉਹਦੇ ਅੰਦਰੋਂ ਇਹ ਆਵਾਜ਼ ਤਾਂ ਹੀ ਨਿਕਲੇਗੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਆਓ ਸਾਰੇ, ਮੈਂ ਬੇਨਤੀ ਕਰਾਂਗਾ ਵੱਧ ਚੜ੍ਹ ਕੇ 22 ਸਤੰਬਰ 2019 ਨੂੰ ਇਟਲੀ ਦੇ ਵਿਚੈਂਸਾ ਵਿਖੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਲੋਨੀਕੋ ਵਿਖੇ ਗੁਰੂ ਘਰ ਜਿੱਥੇ ਸਮਾਗਮ ਜਿੱਧਰੋਂ ਉਲੀਕੇ ਗਏ ਨੇ
ਉਹਦੇ 'ਚ ਹਾਜ਼ਰੀਆਂ ਭਰੀਏ, ਸੇਵਾ ਵਿੱਚ ਵੀ ਹਿੱਸਾ ਪਾਈਏ ਅਤੇ ਸਤਿਗੁਰੂ ਜੀ ਦਾ ਬਚਨ ਵੀ ਰਲ ਮਿਲ ਕੇ ਕਮਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।